हुण आपां गल करदे आं ईएसआर बारे। ईएसआर नूं लै के साडे मन विच बहुत सारे सवाल हुंदे है कि मेरे कोल बहुत सारे पेशेंट आंदे कि डॉक्टर साहब साडा ईएसआर वधिया होया है, इहदा आपां कुछ करिए, इह मेरा क्यों वधिया होया है, मैनूं हालांकि शरीर च कोई बीमारी नहीं लगती पर मैं रूटीन टैसट कराए, मेरा ईएसआर ज़्यादा है, बाकी सारे टैसट ठीक ने। बिल्कुल सही गल है, ये हो सकता है ईएसआर 5% अपनी पॉपुलेशन विच एवें दे मरीज होंदे ने जिन्हां दा ईएसआर ज़्यादा होंदा पर उन्हां नूं कोई बीमारी नहीं होंदी। तां सब तो पहले समझदे हैं ईएसआर होंदा की है। ईएसआर एक सोज दा मार्कर है जिन्हों कहने हैं कि अगर शरीर विच किसी भी अंग विच सोज होएगी, कोई भी तरीके की बीमारी होएगी तो इन्हें वध जाना। ਤਾਂ ਕਈ ਵਾਰੀ ਪੇਸ਼ੈਂਟਸ ਨੂੰ ਕੋਈ ਸਿੰਪਟਮਸ ਵੀ ਨਹੀਂ ਹੁੰਦੇ ਪਰ ਈਐਸਆਰ ਵਧਿਆ ਹੁੰਦਾ ਹੈ, ਤਾਂ ਉਹ ਰਿਪੋਰਟ ਦੇ ਚੱਕਰ ਵਿੱਚ ਲੈ ਕੇ ਪਤਾ ਨਹੀਂ ਕਿੰਨੀਆਂ ਹੀ ਦਵਾਈਆਂ ਖਾ ਚੁੱਕੇ ਹੁੰਦੇ ਨੇ, ਕਿੰਨੇ ਹੀ ਟ੍ਰੀਟਮੈਂਟ ਕਰਾ ਚੁੱਕੇ ਹੁੰਦੇ ਨੇ ਪਰ ਉਹਨਾਂ ਨੂੰ ਕੋਈ ਨਾ ਤਾਂ ਕੋਈ ਫਰਕ ਪੈਂਦਾ ਹੈ ਅਤੇ ਨਾ ਉਹਨਾਂ ਦਾ ਈਐਸਆਰ ਡਾਊਨ ਆਉਂਦਾ। ਤਾਂ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਈਐਸਆਰ ਵਧੇ ਹੋਣਾ ਕੋਈ ਬਿਮਾਰੀ ਨਹੀਂ ਹੈਗੀ, ਇਹ ਬਿਮਾਰੀ ਦਾ ਇੱਕ ਸਾਈਨ ਹੋ ਸਕਦਾ, ਪੱਕਾ ਨਹੀਂ ਹੈ ਕਿ ਹਾਂ ਇਹ ਬਿਮਾਰੀ ਹੀ ਹੋਏਗੀ। ਤਾਂ ਜੋ ਅਗਰ ਤੁਹਾਨੂੰ ਕੋਈ ਸਿਮਟਮਸ ਹੈ, ਮਤਲਬ ਤੁਹਾਨੂੰ ਕੋਈ ਲੱਛਣ ਹੈ ਕਿਸੇ ਬਿਮਾਰੀ ਦੇ, ਜਿਵੇਂ ਜੋੜਾਂ 'ਚ ਦਰਦ ਹੁੰਦਾ ਜਾਂ ਬੁਖਾਰ ਚੜ ਰਿਹਾ ਬਹੁਤ ਜ਼ਿਆਦਾ, ਜਾਂ ਫਿਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ 'ਚ ਸੋਜ ਹੈ, ਤਾਂ ਹੋ ਸਕਦਾ ਹੈ ਕਿ ਤੁਹਾਡਾ ਈਐਸਆਰ ਵਧਿਆ ਹੋਵੇ। ਤਾਂ ਤੁਹਾਨੂੰ ਉਸ ਚੀਜ਼ ਨੂੰ, ਉਹਨਾਂ ਸਿਮਟਮਸ ਨੂੰ ਪਛਾਣ ਕੇ ਉਸ ਤੋਂ ਬਾਅਦ ਜੇ ਈਐਸਆਰ ਵਧਿਆ ਹੁੰਦਾ ਹੈ ਤਾਂ ਉਸ ਬਿਮਾਰੀ ਦਾ ਇਲਾਜ ਕਰਾਉਣਾ ਚਾਹੀਦਾ, ਨਾ ਕਿ ਸਿਰਫ ਇੱਕ ਰਿਪੋਰਟ ਦਾ। ਈਐਸਆਰ ਦੀ ਰਿਪੋਰਟ ਦਾ ਕੋਈ ਇਲਾਜ ਨਹੀਂ ਹੈਗਾ, ਇਹ ਸਿਰਫ ਇੱਕ ਮਿਥ। ਈਐਸਆਰ ਨੂੰ ਇੱਕ ਬਿਮਾਰੀ ਦੇ ਤੌਰ ਤੇ ਨਾ ਲੈ ਕੇ ਆਪਣੀ ਬਿਮਾਰੀ ਨੂੰ ਪਛਾਣਨ ਦੀ ਲੋੜ ਹੁੰਦੀ ਹੈ। ਈਐਸਆਰ ਕੱਲੀ ਦੇ ਰਿਪੋਰਟ ਦੇ ਵਧੇ ਹੋਣ ਤੇ ਕੋਈ ਬਿਮਾਰੀ ਇਹ ਨਹੀਂ ਹੈ ਕਿ ਹੈ ਤਾਂ ਤੁਹਾਡਾ ਈਐਸਆਰ ਵਧਿਆ ਹੋਇਆ ਹੈ। ਐਂਡ ਤੇ ਮੈਂ ਆਹੀ ਕਹਿਣਾ ਚਾਹੂੰਗਾ ਕਿ ਈਐਸਆਰ ਦੀ ਕੱਲੀ ਰਿਪੋਰਟ ਨੂੰ ਦੇਖ ਕੇ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈਗੀ। ਜੇ ਤੁਹਾਨੂੰ ਕੋਈ ਲੱਛਣ ਹੀ ਨਹੀਂ ਹੈਗਾ ਕਿਸੇ ਬਿਮਾਰੀ ਦਾ, ਤਾਂ ਈਐਸਆਰ ਦੇ ਚਾਂਸਿਸ ਵਧੇ ਹੋਣ ਦੇ ਬਹੁਤ ਘੱਟ ਨੇ। 5% ਪੇਸ਼ੈਂਟਸ 'ਚ ਈਐਸਆਰ ਨੋਰਮਲੀ ਵੀ ਜ਼ਿਆਦਾ ਮਿਲ ਸਕਦਾ, ਤਾਂ ਇਸ ਨੂੰ ਦੇਖ ਕੇ ਘਬਰਾਓ ਨਾ। ਅਗਰ ਤੁਹਾਨੂੰ ਕੋਈ ਲੱਛਣ ਹੈਗਾ ਤਾਂ ਡਾਕਟਰ ਨੂੰ ਜ਼ਰੂਰ ਮਿਲੋ। ਉਸ ਤੋਂ ਬਾਅਦ ਜੇ ਤੁਹਾਡਾ ਈਐਸਆਰ ਜ਼ਿਆਦਾ ਆਉਂਦਾ ਤਾਂ ਕੋਈ ਹੋ ਸਕਦਾ ਤੁਹਾਨੂੰ ਕੋਈ ਬਿਮਾਰੀ ਹੋ। ਸਤਿ ਸ਼੍ਰੀ ਅਕਾਲ ਜੀ।